ਅਸਲਾਮ ਵਾਲੇਕਮ ਦੋਸਤੋ, ਹੋਰ ਸੁਣਾਓ, ਕੀ ਹਾਲ ਚਾਲ ਹੈ, ਕੈਸੀਆਂ ਤਬੀਤਾਂ, ਸਿਹਤ? ਉਮੀਦ ਹੈ ਤੁਸੀਂ ਸਾਰੇ ਦੋਸਤ ਠੀਕ ਠਾਕ ਹੋ ਗਏ। ਅੱਛਾ ਯਾਰ, ਇਹ ਤੁਹਾਡੇ ਜਿਹੜਾ ਤੁਹਾਨੂੰ ਇੰਤਜ਼ਾਰ ਸੀ ਜਿਹੜੀ ਲਿਸਟ ਦਾ, ਉਹ ਵੀ ਆ ਗਈ। ਜੋ ਇਹ ਮੁਕੰਮਲ ਲਿਸਟ ਹੈਗੀ, ਇਹਦੇ ਵਿੱਚ ਸਾਰਾ ਸਰਵਿਸ ਕੋਟਾ ਵੀ, ਰਿਟਾਇਰ ਫੌਜੀਆਂ ਦਾ ਵੀ ਇਸ ਲਿਸਟ ਦੇ ਵਿੱਚ ਨਾਂ ਹੈ। ਉਸ ਤੋਂ ਇਲਾਵਾ ਇਸ ਲਿਸਟ ਦੇ ਵਿੱਚ ਸਿਰਫ ਲੜਕੀਆਂ ਦੀ ਲਿਸਟ ਹੈ, ਜਿਸ ਦਾ ਨਹੀਂ ਮਿਲ ਸਕੀ, ਉਹ ਮਿਲਦੀ ਹੈ ਅਤੇ ਉਹ ਅਸੀਂ ਉਹ 'ਤੇ ਵੀ ਵੀਡੀਓ ਬਣਾ ਦਿਆਂਗੇ ਜਾਂ ਤੁਹਾਨੂੰ ਕਿਸੇ ਤਰੀਕੇ ਨਾਲ ਦੱਸ ਦਿਆਂਗੇ। ਉਸ ਤੋਂ ਬਾਅਦ ਆ, ਇਸ ਤੋਂ ਪਹਿਲੇ ਜਿਹੜੀ ਵੀਡੀਓ ਬਣਾਈ ਸੀ ਉਹਦੇ ਵਿੱਚ SMS ਲੜਕੀਆਂ ਨੂੰ ਆਇਆ ਸੀ, ਹੁਣ ਵੀ ਲੜਕੀਆਂ ਨੂੰ ਮੈਸੇਜ ਆ ਰਿਹਾ ਭਾਈ, ਜਿਹੜੇ ਸਿਲੈਕਟ ਹੋਏ ਨੇ ਉਹਨਾਂ ਨੂੰ ਕਾਲ ਵੀ ਆਉਂਦੀ ਪਈ ਹੈ, SMS ਵੀ ਆਉਂਦਾ ਪਿਆ ਜੋ। ਔਰ ਉਸ ਤੋਂ ਇਲਾਵਾ ਜਿਹੜੀ ਪਹਿਲੇ ਲਿਸਟ ਸੀ ਉਹਦੇ ਵਿੱਚ ਜਿਹਨਾਂ ਪਹਿਲੇ ਦਿਨ ਇੰਟਰਵਿਊ ਦਿੱਤਾ ਸੀ ਉਹਨਾਂ ਲੜਕੀਆਂ ਦਾ ਸਿਰਫ ਨਾਂ ਸੀ। ਹੁਣ ਇਹ ਜਿਹੜੀ ਲਿਸਟ ਮੈਂ ਤੁਹਾਡੇ ਅੱਗੇ ਲੈ ਕੇ ਆਇਆ, ਸਾਰੀਆਂ ਸਾਰੇ 500 ਤੇ 31 ਮੁੰਡੇ ਨੇ, ਉਹਨਾਂ ਸਾਰਿਆਂ ਦੀ ਲਿਸਟ, ਕੁਛ ਮੁੰਡਿਆਂ ਦੇ ਨਾਂ ਪੜ੍ਹ ਕੇ ਤੁਹਾਨੂੰ ਦੱਸ ਦਿੰਦਾ ਵਾਂ। ਔਰ ਇਸ ਦੇ ਵਿੱਚ ਇੱਕ ਵੀਡੀਓ 'ਤੇ ਤੁਹਾਨੂੰ ਹੋਰ ਵੀ ਅਹਿਮ ਗੱਲ ਦੱਸਣੀ, ਨਾਲ ਉਹ ਵੀ ਸੁਣ ਕੇ ਜਾਇਓ ਭਾਈ ਜੀ। ਅੱਛਾ ਜੀ, ਇਹ ਪਹਿਲਾ ਜਿਹੜਾ ਲੜਕਾ ਹੈਗਾ ਜੀ, ਰਾਓ ਨਈਮ ਅਫਜ਼ਾਲ ਹੈ, ਮੇਰਾ ਨਾਮ ਹੀ ਹਮ ਨਾਮ ਹੀ ਹੈ ਭਾਈ ਜੀ, ਅਤੇ ਵਾਲਦ ਸਾਹਿਬ ਦਾ ਨਾਂ ਜਿਹਦੇ ਮੁਹੰਮਦ ਅਫਜ਼ਾਲ, ਅਤੇ CNC ਨੰਬਰ ਅਤੇ ਡੋਮੀਸੈਲ। ਅੱਛਾ, ਇਹ ਤਰਤੀਬ ਹੈ, ਪਹਿਲੇ ਮੈਰਿਟ ਨੰਬਰ 'ਤੇ ਇੱਕ ਮੈਰਿਟ ਨੰਬਰ ਸੀਰੀਅਲ ਨੰਬਰ ਉਹਨਾਂ ਚਲਾਇਆ, ਦੂਸਰੇ ਨੰਬਰ 'ਤੇ NTS ਦਾ ਜਿਹੜਾ ਸੀਰੀਅਲ ਨੰਬਰ ਹੈ ਤੁਹਾਡਾ ਉਹ ਚੱਲਿਆ। ਉਸ ਤੋਂ ਅਗਲਾ ਜਿਹੜਾ ਕਾਲਮ ਹੈਗਾ ਜੋ, ਉਹਦੇ ਵਿੱਚ ਤੁਹਾਡਾ ਰੋਲ ਨੰਬਰ ਸਲਿੱਪ ਹੈ, ਜਿਹੜਾ ਨੰਬਰ ਸੀ ਰੋਲ ਨੰਬਰ ਸਲਿੱਪ ਦਾ ਉਹ ਜੋ, ਉਸ ਤੋਂ ਬਾਅਦ ਨਾਮ, ਫਿਰ ਤੁਹਾਡੇ ਵਾਲਦ ਸਾਹਿਬ ਦਾ ਨਾਮ, ਫਿਰ ਤੁਹਾਡੇ CNC, ਫਿਰ ਤੁਹਾਡਾ ਸਰਗੋਧੇ ਦਾ ਨਾਮ, ਠੀਕ ਹੈ, ਡਿਸਟ੍ਰਿਕਟ ਦਾ ਨਾਮ। ਇਹਦੇ ਵਿੱਚ ਕੋਈ ਮਸਲ ਕਿਸੇ ਜ਼ਿਲ੍ਹੇ ਦੀ ਤਕਸੀਮ ਨਹੀਂ ਹੋਈ ਵੀ ਤੁਸੀਂ ਕਹੋ ਵੀ ਇਹ ਜ਼ਿਲ੍ਹੇ ਵਾਈਜ਼ ਨਹੀਂ ਆਇਆ, ਰੀਜਨ ਵਾਈਜ਼ ਆਈ ਜੀ। ਇਹਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਕੰਮ ਜ਼ਿਆਦਾ ਲੜਕੇ ਜਿਹੜੇ ਭਰਤੀ ਮੈਰਿਟ 'ਤੇ ਭਰਤੀ ਹੋਈ ਹੈ, ਸਾਰੀ ਦੀ ਸਾਰੀ, ਠੀਕ ਹੈ। ਹੁਣ ਮੈਂ ਤੁਹਾਨੂੰ ਐਂਡ 'ਤੇ ਇਸ ਲਿਸਟ 'ਤੇ ਐਂਡ 'ਤੇ ਸਰਵਿਸ ਕੋਟਾ ਅਤੇ ਇੰਪਲਾਈ ਜਿਹੜੇ ਫੌਜ ਰਿਟਾਇਰਡ ਇੰਪਲਾਈ ਸੀ ਉਹਨਾਂ ਦੇ ਵੀ ਤੁਹਾਨੂੰ ਇੱਕ ਦੋ ਪੜ੍ਹ ਕੇ ਦੱਸ ਦਿਆਂ, ਚਲੋ ਮਜ਼ੀਦ ਕਨਫਿਊਜ਼ਨ ਹੋਏਗਾ। ਉਸ ਤੋਂ ਇਲਾਵਾ ਜਿਹੜੀ ਹੈਗੀ ਇਹ ਲਿਸਟ ਹੈਗੀ, ਤੁਹਾਨੂੰ ਡਿਸਕ੍ਰਿਪਸ਼ਨ 'ਚ ਯਾਰ ਮੈਂ ਇਹਦਾ ਲਿੰਕ ਦੇ ਦਿਆਂਗਾ, ਉੱਥੋਂ ਤੁਸੀਂ ਡਾਊਨਲੋਡ ਕਰ ਲੈਣਾ। ਇਹਦਾ ਤਰੀਕਾ ਇਹ ਆ ਕਿ ਤੁਸੀਂ ਇਸ ਵੀਡੀਓ ਦੀ ਜਿਹੜੀ ਥੱਲੇ ਟਾਈਟਲ ਚੱਲਣ ਡਿਆ ਉੱਤੇ ਕਲਿੱਕ ਕਰੋਗੇ, ਟਾਈਟਲ ਦੇ ਥੱਲੇ ਡਿਸਕ੍ਰਿਪਸ਼ਨ ਲਿਖਿਆ ਹੁੰਦਾ, ਡਿਸਕ੍ਰਿਪਸ਼ਨ ਨੂੰ ਕਲਿੱਕ ਕਰੋਗੇ ਅਤੇ ਉੱਥੇ ਨੀਚੇ ਲਿਖਿਆ ਹੋਏਗਾ ਜੀ ਫਾਈਨਲ ਮੈਰਿਟ ਲਿਸਟ, ਥੱਲੇ ਲਿੰਕ ਹੋਏਗਾ, ਲਿੰਕ ਨੂੰ ਓਪਨ ਕਰੋਗੇ ਕਿ ਮਜ਼ੀਦ ਵਿੰਡੋ ਓਪਨ ਹੋਏਗੀ। ਉਸ ਤੋਂ ਬਾਅਦ ਜਿਹੜੀ ਹੈਗੀ ਇਹ ਤੁਹਾਡਾ ਜਿਹੜਾ PDF ਰੀਡਰ ਤਰ੍ਹਾਂ ਇਹ ਫਾਈਲ ਓਪਨ ਹੋ ਜਾਏਗੀ। ਉਸ ਤੋਂ ਬਾਅਦ ਸਾਈਡ 'ਤੇ ਆਈਕੋਨ ਡਾਊਨਲੋਡ ਹੋਣਾ, ਉੱਤੇ ਕਲਿੱਕ ਕਰਕੇ ਅਤੇ ਡਾਊਨਲੋਡ ਤੁਹਾਡੀ ਹੋਣੀ ਸ਼ੁਰੂ ਹੋ ਜਾਏਗੀ। ਇਹ ਤਰੀਕਾਕਾਰ ਹੈ, ਕਿਉਂਕਿ ਕਾਫੀ ਲੜਕੀਆਂ ਨੇ ਕਿਹਾ ਜੀ ਯਾਰ ਸਾਨੂੰ ਪਤਾ ਨਹੀਂ ਹੈਗਾ, ਅਤੇ ਚਲੋ ਇਹਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਿੱਤਾ। ਉਸ ਤੋਂ ਇਲਾਵਾ ਮੈਡੀਕਲ ਦਾ ਕੁਛ ਮੁੰਡੇ ਪੁੱਛ ਰਹੇ, ਭਾਈ ਜੀ ਮੈਡੀਕਲ ਜ਼ਰੂਰ ਹੋਏਗਾ, ਮੈਡੀਕਲ ਹਰ ਸੂਰਤ 'ਤੇ ਹੁੰਦਾ, ਠੀਕ ਹੈ। ਇਹ ਨਹੀਂ ਕਹਿਣਾ ਤੁਸੀਂ ਵੀ ਮੈਡੀਕਲ ਨਹੀਂ ਹੋਣਾ, ਮੈਡੀਕਲ ਤੁਹਾਡਾ ਜ਼ਰੂਰ ਹੋਏਗਾ। ਉਹ ਹੋ ਸਕਦਾ ਪੋਸਟਿੰਗ ਲੈਟਰ ਦੇਣ ਤੋਂ ਬਾਅਦ ਫਿਰ ਤੁਹਾਡਾ ਮੈਡੀਕਲ ਕਰ ਲੈਣ, ਉਹਦੇ ਵੱਲੋਂ ਨਹੀਂ ਤੁਸੀਂ ਟੈਨਸ਼ਨ ਲੈਣੀ, ਅਤੇ ਵੈਸੇ ਇੰਨਾ ਪਰੇਸ਼ਾਨ ਵੀ ਹੋਣਾ, ਮੈਡੀਕਲ ਤੁਹਾਡਾ ਸਮਝ ਲਓ ਇੱਕ ਫਾਰਮੈਲਿਟੀ ਹੋਣੀ ਬਸ, ਮੈਡੀਕਲ ਤੁਹਾਡੀ ਟ੍ਰੇਨਿੰਗ ਹੀ, ਟ੍ਰੇਨਿੰਗ ਤੁਸੀਂ ਕਲੀਅਰ ਕਰ ਲਈ ਅਤੇ ਤੁਹਾਡਾ ਮੈਡੀਕਲ ਜਿਹੜਾ ਸਮਝੋ ਕਲੀਅਰ ਹੀ। ਜਲਦੀ ਕਰ ਯਾਰ, ਬੰਦੇ ਜਿਹੜੇ ਇੰਨਾ ਵੇਟ ਨਹੀਂ ਕਰ ਸਕਦੇ, ਅੱਜ ਤਾਂ ਬੜਾ ਖੁਸ਼ੀ ਵਾਲਾ ਦਿਨ ਹੈਗਾ, ਠੀਕ ਹੈ। ਇਹ ਜੀ ਥੱਲੇ ਇਹ ਆ ਗਿਆ ਮਿਨੋਰਟੀ ਕੋਟਾ, ਅਕਲੀਤਾਂ ਦਾ ਮਸਲ, ਜਿਨ੍ਹਾਂ ਨੇ ਈਸਾਈ ਵਗੈਰਾ ਜਾਂ ਨੌਨ ਮੁਸਲਿਮ ਹੈ ਉਹਨਾਂ ਨੇ, ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਦੇ ਜਿਹੜੇ 1, 2, 3, 4, 5 ਲੜਕੇ ਉਹਨਾਂ ਦੇ ਭਰਤੀ ਹੋਏ ਨੇ, ਠੀਕ ਹੈ। ਮਿਆਂਵਾਲੀ ਦੇ, ਬੱਖਰ ਦੇ, ਹਾਫਜ਼ਾਬਾਦ, ਖੁਸ਼ਾਬ ਦੇ। ਉਸ ਤੋਂ ਬਾਅਦ ਐਕਸ ਸਰਵਿਸ, ਯਾਨੀ ਕਿ ਜਿਹੜਾ ਸਾਡੇ ਪਾਕ ਆਰਮੀ ਦੇ ਜਿਹੜੇ ਲੜਕੇ ਨੇ ਉਹ ਭਰਤੀ ਹੋਏ ਨੇ, ਉਹ ਕਿੰਨੇ ਹੋਏ ਜੀ? 1, 2, 3, 4, 5, 6, 5 ਹੋਏ ਜੋ, ਇਹ ਵੀ 5 ਲੜਕੀ ਸਿਰਫ ਜਿਹੜੇ ਹੈਗੇ ਐਕਸ ਜਿਹੜੇ ਹੈਗੇ ਸੀ ਆਰਮੀ ਦੇ, ਔਰ 4 ਲੜਕੇ ਜਿਹੜੇ ਹੈਗੇ ਨੇ ਉਹ ਜਿਹੜੇ ਲੋਕ ਜੇਲ੍ਹ ਦੇ ਮੁਲਾਜ਼ਮ ਸੀ ਉਹਨਾਂ ਦੇ ਜਿਹੜੇ ਬੇਟੇ ਭਰਤੀ ਹੋਏ ਨੇ, ਠੀਕ ਹੈ। ਉਹ 4 ਲੜਕੇ ਉਹ ਵੀ ਇਹਦੇ ਵਿੱਚ ਭਰਤੀ ਹੋਏ ਨੇ। ਲੜਕੀਆਂ ਦੀ ਜਿਸ ਤਰ੍ਹਾਂ ਲਿਸਟ ਨਹੀਂ ਮਿਲੀ, ਉਹ ਜਦੋਂ ਮਿਲਦੀ ਉਹਦੇ 'ਤੇ ਵੀਡੀਓ ਬਣਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਪਹੁੰਚਾ ਦਿੱਤੀ ਜਾਏਗੀ। ਅਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਓਕੇ, ਅੱਲਾ ਹਾਫਿਜ਼।